ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਡੀ ਟੀ ਵੀ ਚੈਨਲ। ਅੱਜ ਉਹ ਸਾਹਮਣੇ ਤੁਹਾਨੂੰ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਦਿਖ ਰਿਹਾ ਹੈ। ਇਹ ਨੌਜਵਾਨ ਗਾਉਣ ਦਾ ਕੰਮ ਕਰਦਾ, ਸਟੇਜ ਉੱਪਰ ਗਾ ਰਿਹਾ ਸੀਗਾ। ਕੋਈ ਸਿਰ ਫਿਰੇ ਨੌਜਵਾਨ ਆਏ ਜਿਨ੍ਹਾਂ ਨੇ ਕਿਹਾ ਕਿ ਸਾਡਾ ਨਾਮ ਤੂੰ ਅਲਾਊਸ ਨਹੀਂ ਕਰਦਾ। ਔਰ ਇਸੇ ਗੱਲ ਤੋਂ ਹੀ ਇਹ ਨੌਜਵਾਨ ਜਦੋਂ ਸਮਾਪਤੀ ਕਰਕੇ ਘਰ ਨੂੰ ਜਾਣ ਲੱਗਾ ਤਾਂ ਨੌਜਵਾਨ 'ਤੇ ਗੰਭੀਰ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਔਰ ਨੌਜਵਾਨ ਦੇ ਕਾਫੀ ਸੱਟਾਂ ਲਾ ਦਿੱਤੀਆਂ। ਅੱਜ ਤਕਰੀਬਨ 21-22 ਦਿਨ ਹੋ ਗਏ ਨੇ ਨੌਜਵਾਨ ਨੂੰ ਹਸਪਤਾਲ ਵਿੱਚ ਪਏ ਹੋਏ ਨੂੰ। ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਵੀਰੇ, ਜਿਹੜੀ ਤਾਂ ਸੱਟ ਲੱਗੀ ਆ, ਇਹਦਾ ਮੇਨ ਕਾਰਨ ਕੀ, ਸੱਟ ਲੱਗਣ ਦਾ ਕੀ ਮਕਸਦ, ਲੜਾਈ ਦਾ ਮੁੱਢ ਕੀ ਆ ਕਾਰਨ? ਅਸੀਂ ਮਹਿਫਲ ਕੁਆਲੀ ਦਾ ਪ੍ਰੋਗਰਾਮ ਲਾਉਣ ਗਏ ਸੀਗੇ ਮਸ਼ੀਨਾਂ ਅਗਲਪੁਰਬੱਤੀ ਵਿੱਚ, ਅਤੇ ਰਾਤ ਨੂੰ ਚੱਲ ਰਿਹਾ ਪ੍ਰੋਗਰਾਮ ਚੱਲ ਰਿਹਾ ਸੀਗਾ, ਅਤੇ ਇਹ ਬੰਦੇ ਇਕੱਠੇ ਸਭ ਵੀ ਭਲਵਾਨ ਹੋਣੀ ਇਕੱਠੇ ਹੋ ਗਏ ਆਏ ਕਾਫੀ ਜਾਣੇ, ਅਤੇ ਕਹਿੰਦੇ ਕਿ ਸਾਡਾ ਨਾਮ ਨਹੀਂ ਤੁਸੀਂ ਅਨਾਊਂਸ ਕਰ ਰਹੇ, ਹੋਰਾਂ ਬੰਦਿਆਂ ਨੇ ਤੁਸੀਂ ਨਾਮ ਅਨਾਊਂਸ ਕਰ ਰਹੇ। ਜਿਵੇਂ ਕਿ ਉਹ ਉਸਤਾਦ ਜੀ ਗਾ ਰਹੇ ਸੀਗੇ ਅਤੇ ਉਹ ਪੈਸੇ ਦਿੰਦੇ ਸੀ ਉਹਨਾਂ ਨੂੰ, ਅਤੇ ਉਹਨਾਂ ਦਾ ਨਾਮ ਅਨਾਊਂਸ ਕਰਦੇ, ਕਹਿੰਦੇ ਤੁਸੀਂ ਸਾਡਾ ਨਾਮ ਨਹੀਂ ਅਨਾਊਂਸ ਕਰਦੇ, ਹੋਰਾਂ ਬੰਦੇ ਦਾ ਨਾਮ ਅਨਾਊਂਸ ਕਰਦੇ ਹੋ ਤੁਸੀਂ, ਤੁਸੀਂ ਸਾਡਾ ਨਾਮ ਨਹੀਂ ਦਿੰਦੇ, ਤੂੰ ਮੈਨੂੰ ਜਾਣਦਾ ਨਹੀਂ, ਭੈਣ ਚੋਦਾ ਐਂ ਚੋ ਵਗੈਰਾ ਗਾਲਾਂ ਉਹਨਾਂ ਨੇ ਕੱਢੀਆਂ। ਅਤੇ ਮੈਂ ਇਹ ਪਿੱਛੇ ਖੜਾ ਸੀ, ਮੈਂ ਉਹਨਾਂ ਕਿਹਾ ਵੀ ਵੀਰ ਜੀ ਥੋੜ੍ਹਾ ਹਿਸਾਬ ਨਾਲ ਬੋਲੋ ਕਿ ਧੀਆਂ ਭੈਣਾਂ ਬੈਠੀਆਂ ਵਾ ਅਤੇ ਇਹਦਾ ਚੰਗਾ ਨਾ ਕੱਢੋ ਤੁਸੀਂ। ਅਤੇ ਉਹਨਾਂ ਦੇ ਮੁੰਡੇ ਨੇ ਹਰਮਨ ਉਹਦਾ ਮੁੰਡਾ ਵਾ, ਉਹਨੇ ਪਹਿਲਾਂ ਬਰਾਰੀ ਨਾਲ ਵਾਰ ਜਿਹਾ ਕੀਤਾ ਅਤੇ ਬੰਦਿਆਂ ਨੇ ਛਡਾਲਿਆ, ਕਹਿੰਦੇ ਨਿਆਣ ਲੜੋ ਨਾਲ ਬਚਾਅ ਹੋ ਗਿਆ। ਉਦੋਂ ਮੇਰਾ ਮੈਂ ਪਿੱਛੇ ਖੜਾ ਸੀ, ਦੂਰ ਥੋੜ੍ਹਾ ਖੜਾ ਸੀਗਾ, ਅਤੇ ਇਹਨਾਂ ਨੇ ਵਾਰ ਕੀਤਾ ਮੈਂ ਅਤੇ ਬਚ ਗਿਆ ਮੈਂ। ਫਿਰ ਇਹਨਾਂ ਨੇ ਬੀਬੀਆਂ ਸੀ ਕਾਫੀ ਬੰਦੇ ਉੱਥੇ ਹੀ, ਕਹਿੰਦੇ ਨਹੀਂ ਨਹੀਂ ਲੜਨਾ ਨਹੀਂ ਕਰਨਾ ਨੀਗਾ। ਤਾਂ ਮੇਰੇ ਨਹੀਂ ਸੀ ਦਿਲ ਵਿੱਚ ਵੀ ਬਾਅਦ ਵਿੱਚ ਵੀ ਮੇਰੇ ਨਾਲ ਕੋਈ ਹਮਲਾ ਕਰਨਗੇ ਮੇਰੇ ਉੱਪਰ, ਥੋੜ੍ਹਾ ਸ਼ਾਂਤੀ ਹੋ ਗਈ। ਕਹਿੰਦੇ ਸੀ ਗਾਓ ਤਾਂ ਅਸੀਂ ਬੈਠ ਗਏ, ਅਸੀਂ ਕਿਹਾ ਜੀ ਅਸੀਂ ਨਹੀਂ ਗਾਉਣਾ, ਅਤੇ ਅਸੀਂ ਆਪਣਾ ਸਾਜ਼ ਤੈਅ ਕੀਤੇ ਅਤੇ ਅਸੀਂ ਬਾਹਰ ਨਿਕਲ ਆਏ। ਜਦੋਂ ਅਸੀਂ ਉੱਥੇ ਜਿੱਥਾਂ ਗਾਉਂਦੇ ਸੀਗੇ ਉੱਥੋਂ ਬਾਹਰ ਨਿਕਲੇ, ਗੇਟ 'ਚੋਂ ਬਾਹਰ ਨਿਕਲੇ, ਮੇਰੀ ਕਾਰ ਖੜ੍ਹੀ ਸੀ ਉੱਥੇ, ਅਸੀਂ ਆਪਣੇ ਸਾਜ਼ ਉਹਦੇ ਵਿੱਚ ਰੱਖੇ ਅਤੇ ਜੋ ਗੱਡੀ ਸਟਾਰਟ ਕਰਕੇ ਤੋਰਨ ਲੱਗੇ, ਇਹਨਾਂ ਨੇ ਸਾਨੂੰ ਉੱਥੇ ਘੇਰਾ ਪਾ ਲਿਆ ਗੱਡੀ ਦੇ ਕੋਲ, ਗੱਡੀ ਦੇ ਵਿੱਚ ਘੇਰਾ ਪਾ ਲਿਆ। ਅਸੀਂ ਦੋ ਜਣੇ ਸੀਗੇ, ਉਹ ਮੁੰਡਾ ਤੇ ਇੱਕ ਭੱਜ ਗਿਆ ਸੀ ਮੇਰੇ ਨਾਲ ਦਾ, ਠੀਕ ਆ ਵੀ ਉਹ ਬੁਲਾਉਣ ਚੜ ਗਏ ਵੀ ਮੁੰਡੇ ਦੇ ਗਲ ਗੁਲ ਪੈ ਗਏ। ਇਹਨਾਂ ਨੇ ਮੇਰੇ ਉੱਥੇ ਫਿਰ ਬੜੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਅਤੇ ਮੇਰੇ ਇੱਥੇ ਬਾਂਹ ਇੱਥੇ ਮਾਰਿਆ, ਇਹ ਕੂਣੀ ਦੇ ਉੱਤੇ ਮਾਰੀਆਂ, ਦਾਤ ਗਰਾਰੀਆਂ ਮਾਰੀਆਂ ਉਹਨਾਂ ਨੇ, ਅਤੇ ਇਹ ਹੱਥ ਦੇ ਉੱਤੇ ਆਪਣਾ ਬਚਾਓ ਵਾਸਤੇ ਹੱਥਗਾਰੀ ਕੀਤੇ, ਬਹੁਤ ਚਿਲਾਇਆ ਉੱਚੀ ਵੀ ਰੌਲਾ ਪਾਇਆ ਬਚਾਓ ਵੀ ਮੈਨੂੰ ਇੱਦਾਂ ਮਾਰਨ ਪੈ ਗਏ। ਉੱਥੇ ਕੋਈ ਨਹੀਂ ਆਇਆ, ਮੈਨੂੰ ਗਲੀ ਦੇ ਵਿੱਚ ਘੇਰ ਕੇ ਉਹਨਾਂ ਨੇ ਕੁੱਟਮਾਰ ਕੀਤੀ ਕਾਫੀ, ਅਤੇ ਫਿਰ ਇੱਦਾਂ ਮੈਨੂੰ ਗੰਭੀਰ ਹਾਲਤ ਵਿੱਚ ਸੁੱਟ ਕੇ ਚਲ ਗਏ। ਤਾਂ ਉੱਥੇ ਕੁਛ ਬੀਬੀਆਂ ਰਾਹਦਾਰੀ ਤੁਰੀਆਂ, ਇਹਨੇ ਦੇਖਿਆ ਕਿ ਮੁੰਡੇ ਨੂੰ ਤਾਂ ਡਿੱਗੇ ਸੁੱਟ ਗਏ, ਇੱਥੇ ਮੈਂ ਡਿੱਗ ਪਿਆ ਸੀ ਉੱਥੇ, ਅਤੇ ਮਾਰ ਕੇ ਤਾਂ ਭੱਜ ਭੁੱਜ ਗਏ। ਤਾਂ ਫਿਰ ਇਹਨਾਂ ਬੱਚ ਉਹਨਾਂ ਨੂੰ ਚੱਕਿਆ ਅਤੇ ਮੇਰੇ ਘਰ ਫੈਮਿਲੀ 'ਚ ਫੋਨ ਕੀਤਾ, ਮੇਰੇ ਬ੍ਰਦਰ ਮੈਨੂੰ ਆ ਗਏ ਸਿਵਲ ਹੋਸਪਿਟਲ ਵਿੱਚ ਐਡਮਿਟ। ਹਾਂਜੀ, ਬਾਅਦ 'ਚ ਇਹਨਾਂ ਨੇ ਮੈਨੂੰ ਇੱਥੇ ਦਰਖਾਸਤ ਦਿੱਤੀ। ਹਾਂਜੀ, ਦਰਖਾਸਤ ਦਿੱਤੀ ਆ ਪਰ ਕੋਈ ਸੁਣਵਾਈ ਨਹੀਂ ਅਜੇ ਤੱਕ ਕੋਈ। ਅੱਛਾ, ਹਾਂਜੀ, ਕੋਈ ਸੁਣਵਾਈ ਨਹੀਂ ਮੰਗ ਕਰਦੇ ਹੋ ਕੋਈ ਸੱਚ ਕੋਲ? ਬਸ ਸਾਨੂੰ ਸਾਡਾ ਜੋ ਵੀ ਸਾਡੇ ਨਾਲ ਹੋਇਆ ਵਾ ਉਹ ਇਨਸਾਫ਼ ਮਿਲਣਾ, ਇਨਸਾਫ਼ ਮੰਗਦੇ ਹਾਂ ਜੀ ਅਸੀਂ। ਸਾਡਾ ਤਾਂ ਕੰਮ ਹੀ ਹੁਣ ਗਾਉਣ ਹੋ ਜਾਂਦਾ ਲੋਕਾਂ ਦੇ ਘਰਾਂ 'ਚ ਨਾ, ਅੱਜ ਅਸੀਂ ਸਾਡੇ ਇੱਦਾਂ ਗਲ ਪੈ ਗਏ, ਕੱਲ੍ਹ ਫਿਰ ਸਾਡੇ ਸਾਡੇ ਸਟੇਜਾਂ 'ਤੇ ਗਲ ਪੈਣਗੇ, ਜਾਂ ਕੋਈ ਵੀ ਕੰਮ ਕਰਦੇ ਸਾਡੇ ਗਲ ਪੈਣਗੇ।
ਇੱਦਾਂ ਤਾਂ ਫਿਰ ਆਮ ਬੰਦੇ ਦੀ ਜ਼ਿੰਦਗੀ ਕੋਈ ਨਹੀਂ ਰਹਿ ਜੂ। ਹਾਂਜੀ ਆਦਿਕ ਉਂਗਲ ਮੇਰੀ ਹਮੇਸ਼ਾ ਡਿੱਗ ਪੈਂਦੀ ਦਾ ਉਂਗਲ ਦਾ ਇੱਥੋਂ ਕੱਟਿਆ ਗਿਆ ਵਾ, ਮੈਂ ਕਿਸੇ ਕੰਮ ਦਾ ਨਹੀਂ ਰਹਿ ਗਿਆ। ਕਦੇ ਬਹੁਤ ਟਾਈਮ ਲੱਗੂਗਾ ਕਿ ਉਂਗਲ ਚੱਲਣ ਨੂੰ। ਹਾਂਜੀ ਤਾਂ ਫਿਰ ਕਾਰਵਾਈ ਚਾਹੁੰਦੇ ਤੁਸੀਂ? ਕਾਰਵਾਈ ਚਾਹੁੰਦੇ ਪੁਲਿਸ ਨੇ ਕੋਈ, ਅੱਜ 21 ਦਿਨ ਹੋ ਗਏ ਆ ਸੱਟ ਲੱਗੀ ਨੂੰ, 25 ਤਰੀਕ ਰਾਤ ਨੂੰ ਇਹ ਝਗੜਾ ਹੋਇਆ, ਲੜਾਈ ਹੋਈ ਆ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਓਕੇ, ਪਤਾ ਨਹੀਂ ਕੀ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ, ਸਾਨੂੰ ਨਹੀਂ ਪਤਾ ਗਾ। ਅਸੀਂ ਤੁਸੀਂ ਕਾਰਵਾਈ ਚਾਹੁੰਦੇ ਹੋ? ਹਾਂਜੀ ਕਾਰਵਾਈ ਚਾਹੁੰਦੇ ਹਾਂ। ਸੋ ਅਸੀਂ ਸਰੋਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਇੱਦਾਂ ਦਾ ਹਾਹਾਕਾਰ ਬਹੁਤ ਮੱਚਿਆ ਹੋਇਆ ਵਾ, ਆਮ ਬੰਦੇ ਦੀ ਜ਼ਿੰਦਗੀ ਜਿਹੜੀ ਆ ਜਿਉਣੀ ਦੁੱਭਰ ਹੋਈ ਹੋਈ ਆ। ਤੁਸੀਂ ਵੀਡੀਓ ਵੱਧ ਤੋਂ ਵੱਧ 6 ਚੈਨਲ ਸਬਸਕ੍ਰਾਈਬ ਲੈ ਕਰਨਾ, ਤੁਸੀਂ ਦੇਖ ਲਓ ਡੀਡੀ ਟੀਵੀ ਚੈਨਲ 10 ਤੋਂ। ਗੁਰਦੀਪ ਸਿੰਘ ਕੈਮਰਾਮੈਨ, ਸੁਖਮਨਦੀਪ ਸਿੰਘ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।